जेड़ियां गुडी जेड़ियां गुडी अशआर हैं, बड़ी मोहब्बत के साथ तवज्जो के साथ समाअत फरमा लीजिए। मियां सा फरमांदे ने बाप मरे सिर नंगा होवे वीर
ਸਾ ਫਰਮਾਉਂਦੇ ਨੇ ਪਾਈ ਪਾਈਆਂ ਦੇ ਸੱਜਣ ਹੁੰਦੇ ਮੁਹੱਬਤਾਂ ਵਾਲੇ ਹਰ ਕੋਈ ਆਖੇ ਮੇਰੀ ਆਖਾਂ ਮਰਨਾ ਜਿਸ ਮਰਨੇ ਵਿੱਚ ਸੋਹਣਾ ਰਾਜ਼ੀ ਨਾ ਹੋਵੇ ਉਸ ਮਰਨੇ ਸਮਾਤ ਫਰਮਾਓ ਸੈਫ ਅਲ ਮਲੂਕ ਦੀ ਇੰਨੀ ਮੋਟੀ ਕਿਤਾਬ ਮੀਆਂ ਸਾਹਿਬ ਨੇ ਲਿਖੀ ਅਤੇ ਅੱਲਾਹ ਪਾਕ ਨੇ ਮੈਨੂੰ ਇੰਨਾ ਮਵਾਦ ਅਤਾ ਕੀਤਾ ਕਿ ਤੁਸੀਂ ਕਹੋਗੇ ਕਿ ਅਸਰ ਦੀ ਅਜ਼ਾਨ ਤੱਕ ਨਮਾਜ਼ ਤੱਕ ਸਾਨੂੰ ਸੁਣਾ ਅਤੇ ਮੈਂ ਸੁਣਾਵਾਂਗਾ ਅਲਹਮਦੁਲਿਲਾ। ਲੇਕਿਨ ਆਖਰੀ ਦੋ ਅਸ਼ਾਰ ਮੀਆਂ ਸਾਹਿਬ ਨੇ ਇੰਨੀ ਮੋਟੀ ਕਿਤਾਬ ਲਿਖਣ ਤੋਂ ਬਾਅਦ ਕੀ ਫਰਮਾਇਆ, ਸੁਭਾਨ ਅੱਲਾਹ, ਈਮਾਨ ਤੁਹਾਡਾ ਤਾਜ਼ਾ ਹੋ ਜਾਏਗਾ। ਮੀਆਂ ਸਾਹਿਬ ਫਰਮਾਉਂਦੇ ਨੇ ਬਸ ਕਰ ਮੀਆਂ ਮੁਹੰਮਦ ਬਖਸ਼ਾ ਕਰਮੀਆਂ ਮੁਹੰਮਦ ਬਖਸ਼ਾ ਮੋੜ ਕਲਮ ਦਾ ਘੋੜਾ ਸਾਰੀ ਹਯਾਤੀ ਤੇਰੇ ਦੁੱਖ ਨਹੀਂ ਉਹ ਮੁੱਕਣੇ ਇੱਥੇ ਵਰਕਾਰ ਇੱਥੇ ਵਰਕਾਰ ਗਿਆ ਥੋੜਾ। ਮੀਆਂ ਸਾਹਿਬ ਕੇ ਕਹਿਣੇ ਕਾ ਮਕਸਦ ਇਹ ਹੈ ਕਿ ਚਾਰ ਦਿਨ ਕੀ ਜ਼ਿੰਦਗੀ ਅੱਲਾਹ ਪਾਕ ਨੇ ਹਮੇ ਅਤਾ ਕੀ, ਲੜਨੇ ਮੇ, ਝਗੜਨੇ ਮੇ, ਸ਼ਿਕਵੇ ਕਰਨੇ ਮੇ ਗੁਜ਼ਾਰਨੇ ਸੇ ਬਿਹਤਰ ਹੈ ਕੋਈ ਬਾਤ ਕਰ ਦੇ ਉਸਕੋ ਇਗਨੋਰ ਕਰ ਦੇ, ਉਸਕੋ ਭੁਲਾ ਦੇ, ਹਸੀ ਖੁਸ਼ੀ ਸੇ ਇਹ ਚਾਰ ਦਿਨ ਜ਼ਿੰਦਗੀ ਕੀ ਬਸਰ ਕੀਜੀਏ। ਇਹ ਕਿਤਾਬ ਹਮਾਰੀ ਕਿਸੀ ਵਕਤ ਵੀ ਇਹ ਸਫ਼ਾ ਖਤਮ ਹੋ ਸਕਤਾ ਹੈ ਔਰ ਹਮਾਰੀ ਜ਼ਿੰਦਗੀ ਕੀ ਕਿਤਾਬ ਬੰਦ ਹੋ ਸਕਤੀ ਹੈ। ਇਸਸੇ ਬਿਹਤਰ ਹੈ ਕਿ ਕਿਸੀ ਸੇ ਲੜੀਏ ਮਤ, ਝਗੜੀਏ ਮਤ, ਮੁਹੱਬਤ ਕੇ ਸਾਥ ਚਾਰ ਦਿਨ ਕੀ ਜ਼ਿੰਦਗੀ ਗੁਜ਼ਾਰ ਲੀਜੀਏ। ਇੱਕ ਸ਼ੇਰ ਮੈਨੇ ਪਹਿਲੇ ਪੜ੍ਹਾ, ਨੁਮਾਨ ਭਾਈ ਅਬ ਤਸ਼ਰੀਫ ਲਾਏ ਹੈ, ਨੁਮਾਨ ਭਾਈ ਇਹ ਆਪਕੇ ਲੀਏ ਔਰ ਖਾਸ ਤੌਰ ਪੇ ਆਪਕੇ ਭਾਈਓ ਕੇ ਲੀਏ, ਆਪਕੋ ਦੇਖ ਕਰ ਮੈਂ ਦੁਬਾਰਾ ਇਹ ਸ਼ੇਰ ਪੜ੍ਹ ਰਹਾ ਹੂੰ ਔਰ ਫਿਰ ਆਖਰੀ ਸ਼ੇਰ, ਇਜਾਜ਼ਤ। ਕਿ ਪਾਈ ਪਾਈਆਂ ਸੱਜਣ ਹੁੰਦੇ ਤੇ ਪਾਈ ਪਾਈਆਂ ਦੀਆਂ ਬਾਵਾ ਪਿਓ ਸਿਰ ਦਾ ਤਾਜ ਮੁਹੰਮਦ
ते मावां ठंडियां छावां ते मियां साहब फरमाउंदे ने मैं इस वास्ते नहीं सी पढ़िया मियां साहब फरमाउंदे ने ले ओ यार एक दफा सुभान अल्लाह कह दी मोहब्बत दे नाल कह दे वो सुभान अल्लाह अपने प्यारियां वास्ते कह दियो सुभान अल्लाह ले ओ यार हवाले रब दे जिस दिन फेर मिलांगे उस दिन ईद मुबारक हो सी ते जिस दिन फेर